ஒரே ஆதா ஒரே ஆதா ஒரே ஒரே ஆதா ஒரே ஆதா ஒரே ਭਾਈ ਆਪਾਂ ਇਹ ਕੰਮ ਹੀ ਨਹੀਂ ਕਰਦੇ ਯਾਰ, ਜਿਹਦੀ ਮਰਜ਼ੀ ਸੌਂਪ ਵਾਲ ਯਾਰ ਬਈ, ਆਪਾਂ ਹੀ ਨਹੀਂ ਕਰਦੇ ਆਹ ਕੰਮ, ਆਪਾਂ ਹਾਂ ਸਿੱਧਾ ਮੈਚ ਲਾਉਂਦੇ ਬਈ ਆਪਾਂ, ਮੈਚ ਜਿਹੜਾ ਖੇਡਿਆ ਜਾਵੇਗਾ ਦੋਨੋਂ ਖਿਡਾਰੀਆਂ ਨੇ ਮੈਚ ਵਿੱਚ ਸੌ ਖਾਧੀ ਹੈ। ਫਾਈਨਲ ਜਦ ਹੋਇਆ ਫਾਈਨਲ ਮੈਚ ਦੇ ਜਹਰ ਦਿਖਾਏ ਪੱਪੂ ਨੇ, ਵਾਹ ਇਹਨਾਂ ਦੋ ਕਿਲੋ ਕਿਹੋ ਜਿੱਤਿਆ ਸੀ ਮੇਰੇ ਵੀਰੋ ਖੜਕਾ ਖੜਕ ਸਿੰਘ ਰਜਾਪੁਰੀਆ ਵੀ ਸਲੇਡੇ ਨੂੰ ਇੱਕ ਕਿਲੋ ਘਿਓ ਮੇਰੇ ਵੱਲੋਂ ਗਿਫਟ ਹੈ। ਇੱਕ ਵਾਰੀ ਤਾੜੀ ਮਾਰੋ ਯਾਰ ਮੁੰਡੇ ਲਈ, ਇੱਕ ਵੱਖਰੀ ਗੱਲ ਹੁੰਦੀ ਹੈ, ਇੱਕ ਵੱਖਰੀ ਗੱਲ ਹੁੰਦੀ ਹੈ, ਸੋਚ ਹੁੰਦੀ ਹੈ ਮੇਰੇ ਵੀਰੋ, ਇਹ ਕਬੱਡੀ ਹੈ, ਪਿਆਰ ਹੈ, ਇਹ ਯਾਰੀ ਹੈ ਮੇਰੇ ਵੀਰੋ। ਵੀ ਪੈਸਾ ਲੋਕਾਂ ਨੇ ਕਮਾਇਆ ਤੇ ਉਹ ਕਮਾਇਆ ਹੋਊਗਾ ਵੀ ਅਸੀਂ ਯਾਰੀਆਂ ਕਮਾਈਆਂ, ਯਾਰੀਆਂ ਕਮਾਈਆਂ, ਯਾਰੀਆਂ ਬਹੁਤ ਔਖੀਆਂ ਕਮਾਈਆਂ ਜਾਂਦੀਆਂ। ਬਹੁਤ ਬਹੁਤ ਧੰਨਵਾਦ ਹੈ ਲਵੀ ਸਲੇਡਿਆ, ਪਿਆਰ ਹੈ ਲੋਈਆਂ ਨੇ, ਪਿਆਰ ਰੱਖਣਾ ਚਾਹੀਦਾ ਹੈ। ਲਵੀ ਭਾਜੀ ਫਾਈਨਲ ਦੀ ਪਹਿਲੀ ਰੇਡ, ਲਵੀ ਹਨੀ ਕਰਦੇ ਗੱਲ, ਲੈ ਵੀਰੇ ਖੜੀਏ ਆਪਾਂ, ਹੁਣ ਆਪਾਂ ਵੇਖੀਏ ਵੀ ਮੇਨ ਸਟੇਜ ਦੇ ਖੱਬੇ ਹੱਥੇ ਮੁੰਡੇ ਪੰਜਾਬ ਵਾਲੇ ਹੈ, ਮੇਨ ਸਟੇਜ ਦੇ ਸੱਜੇ ਹੱਥੇ ਮੁੰਡੇ ਹਰਿਆਣੇ ਵਾਲੇ ਹੈ, ਵੀ ਦੁੱਧ ਦਹੀਂ ਕਾ ਖਾਣਾ ਨੰਬਰ 1 ਹਰਿਆਣਾ, ਇੱਕ ਪਾਸੇ ਹਰਿਆਣੇ ਦੀ ਟੱਕਰ ਹੋਣੀ, ਇੱਕ ਪਾਸੇ ਪੰਜਾਬ ਦੀ ਗੱਲ ਹੋਣੀ ਹੈ, ਤੇ ਟੱਕਰ ਜਿਹੜੀ ਆ ਹੋਣੀ ਹੈ ਵੇਖਣ ਵਾਲੀ ਹੋਣੀ ਹੈ। ਪਹਿਲੀ ਕਬੱਡੀ ਕਹਿੰਦੇ ਪੰਜਾਬ ਵਾਲੀਆਂ ਪੈ ਗਈ ਸਾਹਮਣੇ, ਪਹਿਲੀ ਰੇਡ ਕਹਿੰਦੇ ਨਗੀਆਂ ਗੱਭਰੂ ਨੇ ਪਾ ਦਿੱਤੀ ਹੈ ਹਰਿਆਣੇ ਵਾਲਾ, ਇਸੇ ਲਈ ਲਾਊ ਜਫਾ ਬੱਲੇ ਬੱਲੇ ਕਰਾਊ ਮੇਰੇ ਮਿੱਤਰੋ। ਉਧਰ ਪੰਜਾਬ ਪੁਲਿਸ ਦੇ ਨਗੀਆਂ ਥਾਣੇਦਾਰ ਸਾਹਿਬ ਉਹ ਵੀ ਕਹਿੰਦੇ ਬੈਠੇ ਆਨੰਦ ਮਾਣਦੇ ਆ, ਪਰ ਇੱਧਰ ਲੱਗਿਆ ਜਫਾ। ਔਰ ਸਾਰਿਆਂ ਦਾ ਹੀ ਮੇਰੇ ਵੀਰੋ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਕਰਦੇ ਹਾਂ। ਕਾਸੀ ਬਾਈ ਸਾਡੀ ਜ਼ਿੰਦਗੀ ਦਾ ਮਾਣ ਹੈ, ਨਾਲ ਗੋਪੀ ਬਾਈ ਹੈ, ਨਾਲ ਸੀਪਾ ਬਾਈ ਹੈ, ਜਿਨ੍ਹਾਂ ਨੇ ਮੇਰੇ ਵੀਰੋ ਅੱਜ ਦੇ ਮੇਲੇ ਉੱਤੇ ਵੱਡੇ ਸਹਿਯੋਗ ਆ, ਤੇ ਮੇਰੇ ਵੀਰੋ ਮੂਹਰੇ ਹੋ ਕੇ ਡਿਊਟੀ ਸਾਂਭੀ ਹੈ। ਲਓ ਉਧਰਲੇ ਪਾਸੇ ਕਬੱਡੀ ਨਾਲ ਜੁੜੀ ਹੈ ਮੇਰੇ ਵੀਰੋ, ਕਬੱਡੀ ਹਰਿਆਣੇ ਵਾਲੀ ਦੀ ਪੈਂਦੀ ਹੈ, ਤਿੰਨ ਖਿਡਾਰੀ ਤਿਆਰ ਹੈ, ਕਿਰਨ ਅਭਰ ਕੇ ਦੋ ਹੱਥ ਹੋਣੇ ਹੈ, ਇਹ ਗੱਲ ਸਮੇਂ ਦੀ ਆਉਣੀ ਹੈ। ਉਧਰਲੇ ਪਾਸੇ ਲੱਗਿਆ ਜ਼ੋਰ, ਹੰਬਿਆਂ ਦੇ ਲਾਗੇ ਕਰਕੇ ਉੜਦੀ ਮਾਂ ਮਿੱਟੀ ਦੀ ਧੂੜ, ਕਬੱਡੀ ਕਬੱਡੀ ਆ, ਉਹ ਲੱਗਿਆ ਜ਼ੋਰ ਮੇਰੇ ਵੀਰੋ। ਔਰ ਉਧਰਲੇ ਪਾਸੇ ਵੱਜਦੀ ਕੈਂਚੀ ਆ, ਉਧਰਲੇ ਪਾਸੇ ਬੱਲੇ 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 ਆ, ਬੱਲੇ ਆ, ਬੱਲੇ ਆ, ਉਹ ਬੱਲੇ ਆ, ਵੀ ਜੇ ਅੱਜ ਨਾ ਕਰਾਈ ਬਹਿ ਜਾ ਬਹਿ ਜਾ, ਫਿਰ ਦੱਸਦੇ ਕਰਾਵਾਂਗੇ ਕਰਾਂ, ਫਿਰ ਦੱਸਦੇ ਕਰਾਵਾਂਗੇ ਕਰਾਂ। ਉਧਰਲੇ ਪਾਸੇ ਮੇਰੇ ਵੀਰੋ ਕਬੱਡੀ ਪੈਂਦੀ ਹੈ, ਤੇ ਬੋਲ ਵੱਡੇ ਬਾਈ ਦੇ ਹੋਣਗੇ, ਖੇਡ ਮੈਦਾਨ ਦੇ ਅੰਦਰ ਕਹਿੰਦੇ ਕਬੱਡੀ ਪਾਉਣ ਦੇ ਲਈ, ਉਹ ਮੁੰਡਾ ਕਹਿੰਦੇ ਵਾਧਾ ਹੋਇਆ। ਔਰ ਸਾਹਮਣੇ ਮੇਰੇ ਵੀਰੋ ਪੰਜਾਬ ਵਾਲੇ ਦੀ ਕਬੱਡੀ ਪੈਂਦੀ ਹੈ ਹਰਿਆਣੇ ਵਾਲਾ, ਕਬੱਡੀ ਪੈ ਗਈ ਤੇ ਉਹ ਭੱਜਦਾ ਮੇਰੇ ਵੀਰੋ, ਵੀ ਰਿਸ਼ਤੇ ਨਾਤੇ ਪੈ ਕੇ ਛੱਡਣੇ, ਉਹ ਬੇਖਲਾਤਾਂ ਨੂੰ ਕਿੱਥੇ ਕੋਈ ਪੁੱਛਦਾ ਪੰਮਿਆਂ, ਮਿਡਲ ਕਲਾਸਾਂ ਨੂੰ ਜ਼ਿੰਦਗੀ ਦੀ ਕਿਤਾਬ ਮੈਂ ਖੋਲ੍ਹੀ ਆ, ਸੁਣ ਕੇ ਗੱਲ ਰੂਹ ਜੀ ਡੋਲੀ ਆ, ਤੇਰਾ ਮੈਂ ਸਾਥ ਨਾ ਛੱਡਦੀ ਆ, ਗਰੀਬੀ ਵਿੱਚੋਂ ਉੱਠ ਕੇ ਬੋਲੀ ਆ, ਮਾਰੇ ਜੋ ਦਿਨ ਸੀ ਵੇਖੇ ਆ, ਪਰ ਕੇ ਸਭ ਛੱਡੇ ਆ, ਘਰ ਸੌਂਕ ਨੂੰ ਨਹੀਂ ਸੱਜਣਾ ਉਹ ਮਜਬੂਰੀਆਂ ਕਰਕੇ ਛੱਡੇ ਆ, ਘਰ ਸੌਂਕ ਨੂੰ ਨਹੀਂ ਸੱਜਣਾ ਉਹ ਮਜਬੂਰੀਆਂ ਕਰਕੇ ਛੱਡੇ ਆ। ਉਧਰ ਮੁਹੰਮਦ ਸਫੀ ਗੁੱਜਰ ਜੀ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਹੈ, ਬਹੁਤ ਵੱਡੇ ਸਹਿਯੋਗ ਵੀ ਹੈ, ਸਾਰੀ ਗੁੱਜਰ ਬਰਾਦਰੀ ਦਾ ਬਹੁਤ ਬੜਾ ਧੰਨਵਾਦ ਹੈ। ਉਧਰ ਸਾਡੇ ਪੰਜਾਬ ਪੁਲਿਸ ਵਾਲੇ ਮੁਲਾਜ਼ਮ ਭਰਾ ਜੀ ਸਾਡੇ ਰਿਸਪੈਕਟਡ ਨੇ, ਉਹਨਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਹਾਂ। ਸਰਦਾਰ ਮੇਵਾ ਸਿੰਘ
ਉਧਰ ਏਐਸਆਈ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਵੱਲੋਂ ਵੱਡੇ ਮਾਣ ਸਨਮਾਨ ਆਏ ਆ। ਮੈਂ ਬਹੁਤ ਬੜਾ ਧੰਨਵਾਦ ਕਰਦਾ ਸਰਦਾਰ ਅਮਰੀਕ ਸਿੰਘ ਜੀ ਏਐਸਆਈ ਸਾਹਿਬ ਪੰਜਾਬ ਪੁਲਿਸ। ਔਰ ਗੱਲਾਂ ਕਹਿੰਦੇ ਵੱਡੀਆਂ ਹੁੰਦੀਆਂ ਪਰ ਉਧਰਲੇ ਪਾਸੇ ਕਬੱਡੀ ਨਾਲ ਜੁੜੀਏ ਤੇ ਗਰਾਊਂਡ ਮੇਰੇ ਵੀਰਿਓ ਬੜਾ ਸੋਹਣਾ ਸਜਾਇਆ ਹੈ ਔਰ ਗੁਰੂ ਕਾ ਲੰਗਰ ਚੱਲਿਆ ਇਸ ਕਪੜੇ ਉੱਤੇ ਮੇਰੇ ਵੀਰੋ। ਵਧੀਆ ਟੀਮਾਂ ਖੇਡੀਆਂ ਟਾਈਟਲ ਦਾ ਪ੍ਰਬੰਧ ਹੈ ਸਵਾਰ ਵੱਜਿਆ ਹੋਇਆ ਜਿਨ੍ਹਾਂ ਜਿਨ੍ਹਾਂ ਨੂੰ ਕਬੱਡੀ ਕੱਪ ਵਧੀਆ ਲੱਗਿਆ ਆਪਾਂ ਨੂੰ ਵਾਹਿਗੁਰੂ ਅੱਲਾਹ ਤਾਲਾ ਨੇ ਦੋ ਹੱਥ ਦਿੱਤੇ ਤਾੜੀ ਜ਼ੋਰ ਦੇਣੇ ਮਾਰੋ ਯਾਰ ਇਹਨਾਂ ਮੁੰਡਿਆਂ ਦੇ ਨਾਂ ਤੇ ਮੇਰੇ ਵੀਰੋ। ਇਹ ਹੁੰਦਾ ਪਿਆਰ ਇਹ ਹੁੰਦੀ ਹੈ ਇੱਜ਼ਤ। ਲਓ ਤਿੰਨ ਦਾ ਸੈੱਟ ਲੱਗਿਆ ਹਰਿਆਣੇ ਵਾਲ ਦੀ ਕਬੱਡੀ ਉਹ ਪੰਜਾਬ ਵਾਲਾ ਤਿਆਰ ਹੈ ਦੋਰੋ ਹੱਥ ਹੋ ਗਏ ਆ ਉਧਲੇ ਪਾਸੇ ਔਰ ਵੇਖਾਂਗੇ ਵੀ ਕਿਹੜਾ ਇਹ 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 ਬੱਲੇ 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 ਆਓ ਕਮਾਲ ਦੀ ਕਬੱਡੀ ਆ ਉਹ ਮੁੰਡੇ ਨੇ ਪਾ ਦਿੱਤੀ ਹੈ। ਇੱਧਰ ਪੰਧੇਰ ਲਾਈਟ ਹਾਊਸ ਵਾਲੇ ਵੀਰ ਵੀ ਬੈਠੇ ਹੈ ਇਹਨਾਂ ਦਾ ਵੀ ਧੰਨਵਾਦ ਹੈ ਬੈਠਾ ਗਿੰਦੂ ਵੀ ਹੈ ਬੈਠਾ ਕਹਿੰਦੇ ਗੈਬੀ ਵੀ ਹੈ ਖੜਾ ਮਨਾ ਵੀ ਹੈ ਤੇ ਚਰਚੇ ਕਹਿੰਦੇ ਵੱਡੇ ਹੁੰਦੇ ਹੈ ਉਧਰਲੇ ਪਾਸੇ ਖੇਡ ਮੈਦਾਨ ਦੇ ਅੰਦਰ ਮੇਰੇ ਵੀਰਿਓ। ਉਧਰ ਵੱਡਾ ਬਾਈ ਮੇਰੇ ਵੀਰਿਓ ਰਾਮ ਤੇ ਨਾਲ ਹੈਪੀ ਬਾਈ ਸਾਡੇ ਔਰ ਵੀਰਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਹੈ ਮੇਰੇ ਵੀਰਿਓ ਰਾਮ ਬਾਈ ਤੇ ਹੈਪੀ ਬਾਈ। ਉਧਰਲੇ ਪਾਸੇ ਮੇਰੇ ਵੀਰਿਓ ਜੱਫੇ ਲੱਗ ਰਹੇ ਹੈ ਤੇ ਗੱਲਾਂ ਕਹਿੰਦੇ ਵੱਡੀਆਂ ਹੁੰਦੀਆਂ ਖੇਡ ਮੈਦਾਨ ਦੇ ਅੰਦਰ ਮੇਰੇ ਵੀਰਿਓ। ਔਰ ਕਬੱਡੀ ਪਾਉਣ ਦੇ ਲਈ ਖਿਡਾਰੀ ਕਹਿੰਦੇ ਫੇਰ ਜਿਹੜਾ ਵਾਧਾ ਹੋਇਆ ਹੈ ਵੀ 16 ਘੰਟੇ ਲੱਗ ਰਹੇ ਜਹਾਜ਼ ਵਿੱਚ ਤਾਂ 25 ਲੱਖ ਲੱਗਦਾ ਰੁਪਈਆ ਜਿੱਥੇ ਨੂੰ ਹੁਣ ਬਿੱਲੋ ਉਹਨੇ ਕਿੱਥੇ ਯਾਰ ਪੁੱਛਣੇ ਇੰਡੀਆ ਨੂੰ ਛੱਡ ਕੁੜੀ ਗਈ ਆ ਜਿੱਥੇ ਨੂੰ ਅੱਜ ਕੱਲ੍ਹ ਚੱਕਦੀ ਨਾ ਕਾਲ ਚੰਦਰੀ ਵੀ ਲੱਗ ਰਿਹਾ ਉਹ ਪੰਮਿਆ ਬੋਰ ਹੋ ਗਈ ਆ ਸਾਹ ਨਾਲੋਂ ਨੇੜੇ ਜਿਹੜੀ ਦੱਸ ਰਹੀ ਸੀ ਕਰੇ ਆ ਹੁਣ ਪਹੁੰਚ ਕੇ ਕਨੇਡਾ ਕੁੜੀ ਆ ਹੋਰ ਹੋ ਗਈ ਆ। ਉਧਰ ਯਾਰਾਂ ਦਾ ਯਾਰ ਆ ਰੂਬਲ ਸ਼ਰਮਾ ਆਇਆ ਹੋਇਆ ਮੇਰੇ ਵੀਰਿਓ ਉਹਦਾ ਵੀ ਧੰਨਵਾਦ ਹੈ ਤੇ ਚਰਚੇ ਉਹਦੇ ਵੱਡੇ ਹੁੰਦੇ ਆ ਲਓ ਕਬੱਡੀ ਪੈਂਦੀ ਹੈ ਔਰ ਸੀਪਾ ਯਾਰ ਆਇਆ ਹੋਇਆ ਚਰਚੇ ਕਹਿੰਦੇ ਵੱਡੇ ਬਾਈ ਦੇ ਹੁੰਦੇ ਆ ਔਰ ਗੱਲਾਂ ਕਹਿੰਦੇ ਵੱਡੀਆਂ ਲਓ ਇੱਧਰ ਕਬੱਡੀ ਕਹਿੰਦੇ ਪੈ ਗਈ ਮੇਰੇ ਵੀਰਿਓ ਪੰਜਾਬ ਵਾਲੇ ਦੀ ਹਰਿਆਣੇ ਵਾਲਿਓ ਪੰਜਾਬ ਚ ਆਏ ਹੋ ਜੇ ਬਹਿ ਜਾ ਕਰਾਉਣੀ ਹੈ ਤੇ ਜੱਫੇ ਲਾਉਣੇ ਪੈਣੇ ਹੈ ਉਹ ਮੇਰੇ ਵੀਰੋ ਹਾਣੀਆਂ ਨੂੰ ਹਾਣ ਟੱਕਰੇ ਹੈ ਲਾ ਲਾ ਕੇ ਸੁਣਦਾ ਉਰਜੂ ਉਰਜੂ ਕਰਦੀ ਜਵਾਨੀ ਹੈ ਹੁਰ ਹੋਈ ਪਈ ਹੈ ਮੇਰੇ ਵੀਰਿਓ। ਆ ਉਧਰ ਪੁਆਇੰਟ ਇਸ ਵੇਲੇ ਆ ਰੇਡਰ ਦਾ ਮੇਰੇ ਵੀਰਿਓ ਮੁੰਡੇ ਨੇ ਪਾ ਤਗੜੀ ਕਬੱਡੀ ਉਹ ਬੱਲੇ ਬੱਲੇ ਕਹਿੰਦੇ ਸਾਰੇ ਬੁਲਾਰਿਆਂ ਦਾ ਧੰਨਵਾਦ ਹੈ ਬੜੀ ਪਿਆਰੀ ਕਹਿੰਦੇ ਸਾਊਂਡ ਲੱਗੀ ਹੈ ਵੀ ਦੋ ਮੰਜੀਆਂ ਨੂੰ ਜੋੜ ਸਪੀਕਰ ਨਹੀਂ ਲੱਗਣੇ ਜਿਹੜੇ ਬਾਜੇ ਵੱਜ ਗਏ ਮੁੜ ਕੇ ਨਹੀਂ ਵੱਜਣੇ ਮਾਣਕ ਹੱਦ ਮੁਕਾ ਗਿਆ ਗਾ ਕੇ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਆ। ਉਧਰ ਵੀਰ ਨੇ ਸਾਡੇ ਮੀਮਾ ਸਿੰਘ ਜੀ ਲਾਲੀ ਬਾਈ ਮੋਮਨਾਬਾਦ ਰੂਬਲ ਮੰਡੀ ਨਿਧਨ ਡੈਰੀ ਨਾਲ ਭਰਾਵਾਂ ਦੇ ਕਹਿੰਦੇ ਬਹੁਤ ਵੱਡੇ ਪਿਆਰ ਨੇ ਬਹੁਤ ਬਹੁਤ ਧੰਨਵਾਦ। ਦੀਪੂ ਡੈਰੀ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਹਿੰਦੇ ਬਹੁਤ ਤਣਾ ਆ ਵੀ ਗਬਰੂਆ ਔਰ ਟੀਡੂ ਇਹਨਾਂ ਵੀਰਾਂ ਦੇ ਕਹਿੰਦੇ ਵੱਡੇ ਪਿਆਰ ਹੈ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਪੈਂਦੀ ਕਬੱਡੀ ਹਨੀ ਆ ਜਾ ਕੋਈ ਗੱਲ ਨਹੀਂ ਯਾਰ ਭਾਈ ਆ ਸਾਡਾ ਆ ਜਾ ਧੰਨਵਾਦ ਨਿਤਨ ਹੋਣਾ ਦਾ ਸਾਰੇ ਵੀਰਾਂ ਦਾ ਲਓ ਰੇਡ ਲਓ ਉਹਦੇ ਪਾਸੇ ਮੇਰੇ ਵੀਰੇ ਅਗਲੀ ਕਬੱਡੀ ਪਾਉਣ ਦੇ ਲਈ ਗਬਰੂ ਖੇਡ ਮੈਦਾਨ ਦੇ ਵਿੱਚ ਕਹਿੰਦੇ ਵਾਧਾ ਕਬੱਡੀ ਦੇ ਉੱਤੇ ਆ ਔਰ ਸਾਹਮਣੇ ਮੇਰੇ ਵੀਰੇ ਉੱਤੇ ਉਹਨੇ ਖਿਡਾਰੀ ਕਹਿੰਦੇ ਤਿਆਰ ਹੈ ਕਿਹਦੇ ਨਾਲ ਦੋ ਹੱਥ ਹੋਣੇ ਆ ਗੱਲ ਜਿਹੜੀ ਸਮੇਂ ਦੀ ਹੋਣੀ ਹੈ ਇਹਦੇ ਪਾਸੇ ਮੇਰੇ ਵੀਰਿਓ ਔਰ ਪੈਂਦੀ ਹੋਈ ਕਬੱਡੀ ਦੇ ਉੱਤੇ ਤਿੰਨ ਖਿਡਾਰੀ ਹੈ
ਕਿਹਦੇ ਨਾਲ ਦੂਰ ਹੱਥ ਹੋਣੇ ਗੱਲ ਸਮੇਂ ਦੀ ਹੋਣੀ ਹੈ ਵੀ ਸ਼ਾਮਾਂ ਪੈਣ ਨੂੰ ਨਹੀਂ ਆਈਆਂ ਕਿਹਦੇ ਲੈਣੀਆਂ ਬਣਾਈਆਂ ਕਹਿਣ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨਹੀਂ ਉਹ ਦੇਰ ਦੇਣੇ ਜਿੱਤ ਵਾਲੇ ਝੰਡੇ ਆਪਾਂ ਆਓ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਕਬੱਡੀ ਕਹਿੰਦੇ ਪੈ ਗਈ ਹੈ ਅਤੇ ਇਧਰਲੇ ਪਾਸੇ ਮੇਰੇ ਵੀਰੇ ਭਾਜੂ ਵਰਗੇ ਔਰ ਨਨੂ ਵਰਗੇ ਵੀਰਾਂ ਦਾ ਕਹਿੰਦੇ ਬਹੁਤ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਕਾਪਾਂ ਸਿਰੇ ਦਾ ਕਰਾ ਦਿੱਤਾ ਹੈ ਔਰ ਕਰਦੇ ਹਾਂ ਮੇਰੇ ਵੀਰਿਓ ਸਨੀ ਅਤੇ ਮਨੀ ਭਰਾ ਸਾਡੇ ਔਰ ਮੇਰੇ ਵੀਰਿਓ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬੜਾ ਧੰਨਵਾਦ ਹੈ ਉੱਧਰ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਮੇਵਾ ਸਿੰਘ ਜੀ ਲਾਲੀ ਮੋਮਨਾਬਾਰ ਨਿਤਨ ਮੇਸੀ ਡੈਰੀ ਵਾਲੇ ਔਰ ਰੂਬਲ ਸ਼ਰਮਾ ਜੀ ਔਰ ਸਾਡੇ ਬਹੁਤ ਹੀ ਰਿਸਪੈਕਟਡ ਹੈ ਉਹਦੇ ਉੱਠੀ ਵੱਜੀ ਤੇ ਉਹ ਮੇਰੇ ਵੀਰੇ ਵੱਜੀ ਕੈਂਚੀ ਔਰ ਦੀ ਮਾਂ ਮਿੱਟੀ ਦੀ ਧੂੜ ਲੱਗਦਾ ਜ਼ੋਰ ਹੁੰਦੀ ਹੋਈ ਉਧਰਲੇ ਪਾਸੇ ਬੱਲੇ 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 ਉਹ ਬੱਲੇ ਆਹ ਸਵਾਰ ਆਈ ਜਾਂਦਾ ਤੇ ਸਵਾਰ ਮੇਰੇ ਵੀਰੇ ਉਹ ਜਾਈ ਜਾਂਦਾ ਹੈਲੇ ਉਧਰਲੇ ਆਸਮਾ ਟੈਂਟ ਹਾਊਸ ਔਰ ਭਰਾ ਨੇ ਕਹਿੰਦੇ ਬਹੁਤ ਸੋਹਣਾ ਜਿਹੜਾ ਟੈਂਟ ਲਾਇਆ ਬੜਾ ਧੰਨਵਾਦ ਕਰਦੇ ਹਾਂ ਬਾਈ ਦਾ ਜੰਡਾਲੀ ਵਾਲੇ ਸਾਡੇ ਵੀਰ ਔਰ ਟੈਂਟ ਦੀ ਕਹਿੰਦੇ ਵੱਡੀ ਸੇਵਾ ਕਰੀ ਹੈ ਸਾਡੇ ਬਾਈ ਨੇ ਬਹੁਤ ਬੜਾ ਧੰਨਵਾਦ ਮੇਰੇ ਵੀਰਿਓ ਔਰ ਸਾਰੇ ਵੀਰਾਂ ਦਾ ਹੀ ਧੰਨਵਾਦ ਕਰਦੇ ਹਾਂ ਔਰ ਜਿਨ੍ਹਾਂ ਨੇ ਇਸ ਕੱਪ ਨੂੰ ਕਰਾਉਣ ਦੇ ਲਈ ਆਪਦੀ ਨੇਕ ਕਮਾਈ ਦੇ ਵਿੱਚੋਂ ਇੱਕ ਤੋਂ ਲੈ ਕੇ ਹਜ਼ਾਰਾਂ ਤੱਕ ਦੇ ਵੱਡੇ ਜਿਹੜੇ ਸਹਿਯੋਗ ਪੁੱਜਦੇ ਕੀਤੇ ਆ ਕੱਲੀ ਕੱਲੀ ਰੂਹ ਦਾ ਧੰਨਵਾਦ ਹੈ ਔਰ ਰੂਬਲ ਸ਼ਰਮਾ ਜੀ ਦਾ ਧੰਨਵਾਦ ਹੈ ਔਰ ਨਿਤਲ ਔਰ ਸਾਡੇ ਡੈਰੀ ਵਾਲੇ ਵੀਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਕਰਦਾ ਔਰ ਸਰਦਾਰ ਅਮਰੀਕ ਸਿੰਘ ਜੀ ASI ਸਾਹਿਬ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਮੇਰੇ ਵੀਰਿਓ ਉਹਲੇ ਪਾਸੇ ਖੇਡ ਮੈਦਾਨ ਦੇ ਅੰਦਰ ਔਰ ਮੰਡੀ ਅਹਿਮਦਗੜ੍ਹ ਪੰਜਾਬ ਪੁਲਿਸ ਸਾਡੇ ਉਹਨਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦੇ ਸਾਡੇ ਮੁਲਾਜ਼ਮ ਸਾਹਿਬ ਜੀ ਸਾਡੇ ਵਿਚਕਾਰ ਬੈਠੇ ਹੈ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੈ ਉਹਨਾਂ ਚੱਲਿਆ ਕਦਮ ਸਿਰ ਮੱਥੇ ਹੈ ਉਹਨਾਂ ਦੇ ਇੱਥੇ ਆਉਣ ਤੋਂ ਜੀ ਆਏ ਮੋਸਟ ਵੈਲਕਮ ਆਖ ਰਹੇ ਹੈ ਲਾਉਦਲੇ ਪਾਸੇ ਮੇਰੇ ਵੀਰਿਓ ਔਰ ਕਬੱਡੀ ਪੈਂਦੀ ਹੈ ਅਤੇ ਦੁਨੀਆ ਖੜ ਕੇ ਵਹਿੰਦੀ ਹੈ ਪੰਧੇਰ ਕਹਿੰਦੇ ਆ ਹਾਊਸ ਵਾਲੇ ਹੋਏ ਹੈ ਇਹਨਾਂ ਦਾ ਧੰਨਵਾਦ ਇਲਾਕੇ ਦੇ ਵਿੱਚ ਵੱਡਾ ਕਹਿੰਦੇ ਬੋਲਬਾਲਾ ਮੇਰੇ ਵੀਰਿਓ ਰੁਤਬਾ ਕਾਇਮ ਹੈ ਗੱਲਾਂ ਹੁੰਦੀਆਂ ਔਰ ਆਲੇ ਦੁਆਲੇ ਔਰ ਕੱਪਾਂ ਦੇ ਉੱਤੇ ਅਤੇ ਗੱਲਾਂ ਕਹਿੰਦੇ ਵੱਡੀਆਂ ਹੋਣਗੀਆਂ ਪਰ ਉਧਰਲੇ ਪਾਸੇ ਕਬੱਡੀ ਕਹਿੰਦੇ ਪੈਂਦੀ ਹੈ ਦੁਨੀਆ ਖੜ ਖੜ ਕੇ ਵਹਿੰਦੀ ਹੈ ਲੈ ਵੀ ਸੀਪਿਆ ਤੇ ਚੱਕ ਲਾ ਫੋਨ ਨੂੰ ਵੀ ਮਾੜੀ ਜੀ ਸਨੈਪਚੈਟ ਪਾ ਦਈਏ ਸੀਪਾ ਬਾਈ ਹੈ ਸਾਡੀ ਜ਼ਿੰਦਗੀ ਨਾਲ ਮਾਣ ਆ ਉਹ ਕਹਿੰਦਾ ਵੀ ਆਉਂਦੇ ਮਹੀਨੇ ਵੀ ਆਪਾਂ ਇੱਕ ਹੋਰ ਇੱਕ ਕ੍ਰਿਕਟ ਦਾ ਕੱਪ ਕਰਾਉਣਾ ਬੱਚਿਆਂ ਦਾ ਵੀ ਖੇਡਾਂ ਵੱਲ ਨੌਜਵਾਨਾਂ ਨੂੰ ਜੋੜਨਾ ਅਤੇ ਗੱਲਾਂ ਹੋਣਗੀਆਂ ਗੋਪੀ ਵਰਗੇ ਵੀਰ ਸੀਪੇ ਵਰਗੇ ਕਾਸ਼ੀ ਵਰਗੇ ਨੰਨੂ ਵਰਗੇ ਭਾਜੀ ਵਰਗੇ ਰਾਮ ਵਰਗੇ ਮਨੀ ਵਰਗੇ ਸਨੀ ਵਰਗੇ ਅਤੇ ਐਨ ਮੇਰੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਚਿੱਪ ਕੱਢ ਕੇ ਕੱਪ ਕਰਾਇਆ ਸੱਜ ਰਾਮਾਂ ਦਾ ਧੰਨਵਾਦ ਹੈ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ ਜਿਨ੍ਹਾਂ ਨੇ ਗਰਾਊਂਡ ਦਿੱਤਾ ਹੈ ਉਹਨਾਂ ਦਾ ਧੰਨਵਾਦ ਹੈ ਮੇਰੇ ਵੀਰਿਓ ਗੱਲਾਂ ਕਹਿੰਦੇ ਵੱਡੀਆਂ ਕਬੱਡੀ ਪੈ ਗਈ ਉਧਰਲੇ ਪਾਸੇ ਸ਼ੇਰਾ ਮਨਾਣੀ ਅਮੈਰੀਕਾ USA ਵਾਲੇ ਬਹੁਤ ਬੜਾ ਧੰਨਵਾਦ ਹੈ ਉਹਨਾਂ ਦਾ ਔਰ USA ਵਾਲਾ ਸਾਡਾ ਸ਼ੇਰਾ ਬਾਈ ਉਹਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਉਧਰਲੇ ਪਾਸੇ ਕਬੱਡੀ ਕਹਿੰਦੇ ਆ ਖੇਡ ਮੈਦਾਨ ਦੇ ਵਿੱਚ ਪੈਂਦੀ ਹੈ ਮੇਰੇ ਵੀਰਿਓ ਅਤੇ ਗੱਲਾਂ ਕਹਿੰਦੇ ਹੁੰਦੀਆਂ ਲਾਉਦਲੇ ਪਾਸੇ ਬੈਸਟਾਂ ਦੀਆਂ ਕਹਿੰਦੇ ਗੱਲਾਂ ਹੋਣਗੀਆਂ ਔਰ ਕਬੱਡੀ ਕਹਿੰਦੇ ਆ 57 ਕਿਲੋ ਭਾਰ ਵਰਗ ਦਾ ਸੁਪਰ ਡੁਪਰ ਫਾਈਨਲ ਜਿਹੜਾ ਮੈਚ ਖੇਡਿਆ ਜਾ ਰਿਹਾ
ਉਧਰਲੇ ਪਾਸੇ ਮੇਰੇ ਵੀਰੇ ਹੁੰਦੀਆਂ ਗੱਲਾਂ ਤੇ ਔਰ ਪੰਜਾਬ ਦੀ ਗੱਲ ਕਰੀਏ ਬਾਹਰੇ ਗੱਲ ਕਰੀਏ ਅੱਜ ਕੱਲ੍ਹ ਕਿ ਬਹੁਤ ਕੁਝ ਗਲਤ ਹੋ ਰਿਹਾ ਦੁਨੀਆਦਾਰੀ ਦੇ ਵਿੱਚ ਅਤੇ ਸਭ ਨੂੰ ਪਤਾ ਮੇਰੇ ਵੀਰੇ ਧੀਆਂ ਭੈਣਾਂ ਤੇ ਸਭ ਦੀਆਂ ਸਾਂਝੀਆਂ ਆਉਂਦੀਆਂ ਇੱਜ਼ਤ ਹੁੰਦੀ ਹੈ ਪਰ ਜੋ ਅੱਜ ਕੱਲ੍ਹ ਚੱਲਦਾ ਨੇੜ ਦੇ ਉੱਤੇ ਉਹ ਸਭ ਨੂੰ ਪਤਾ ਮੇਰੇ ਵੀਰੇ ਵਾਹਿਗੁਰੂ ਅੱਲਾਹ ਤਾਲਾ ਅੱਗੇ ਅਰਦਾਸ ਹੈ ਵੀ ਸਾਡੀ ਭੈਣ ਨੂੰ ਆਪਦੇ ਚਰਨਾਂ ਦੇ ਵਿੱਚ ਰੱਖੇ ਔਰ ਜਿਸ ਪਾਪੀ ਨੇ ਉਹ ਪਾਪ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲੇ ਮੇਰੇ ਵੀਰਿਓ ਬਹੁਤ ਜਿਹੜਾ ਗਲਤ ਗੱਲ ਹੋਈ ਹੈ ਔਰ ਜ਼ਰੂਰ ਉੱਧਰ ਸਾਡਾ ਵੱਡਾ ਬਾਈ ਹੈ ਅਮਨ ਸਿੱਧੂ USA ਬਾਈ ਦਾ ਵਿਸ਼ੇਸ਼ ਤੌਰ ਦੇ ਉੱਤੇ ਬੜਾ ਧੰਨਵਾਦ ਕਰਦੇ ਹਾਂ ਔਰ ਜਿਸ ਭਰਾ ਦੇ ਵੱਲੋਂ ਅੱਜ ਦੇ ਮੇਲੇ ਉੱਤੇ ਕਬੱਡੀ 48 ਕਿੱਲੋ ਦਾ ਫਸਟ ਇਨਾਮ 5100 ਦੀ ਨਗਦ ਰਾਸ਼ੀ ਪਾਉਣ ਦੀ ਕੀਤੀ ਗਈ ਹੈ ਔਰ ਸਾਡਾ ਬਾਈ ਅਮਨ ਸਿੱਧੂ ਔਰ USA ਵਾਲਾ ਵੀ ਉੱਧਰ ਧੰਨਵਾਦ ਕਰਦੇ ਹਾਂ ਉਧਰਲੇ ਪਾਸੇ ਕਬੱਡੀ ਕਹਿੰਦੇ ਪੈਂਦੀ ਹੈ ਔਰ ਹਰਿਆਣੇ ਵਾਲੇ ਸ਼ੋਹਰੇ ਦੀ ਮੇਰੇ ਵੀਰਿਓ ਲਾਹੌਦਲੇ ਪਾਸੇ ਕਬੱਡੀ ਕਹਿੰਦੇ ਪਾਉਣ ਦੇ ਲਈ ਮੁੰਡਾ ਇਸ ਵੇਲੇ ਬਾਹਰੇ ਆਇਆ ਹੈ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੇ ਸੁਪਰ ਡੁਪਰ ਫਾਈਨਲ ਬਾਲ ਮੈਚ ਜਿਹੜਾ ਖੇਡੇ ਆ ਰਿਹਾ ਔਰ ਤੁਹਾਨੂੰ ਪਤਾ ਹੀ ਹੈ ਹਰ ਇੱਕ ਫੀਲਡ ਦੀਆਂ ਖੇਡਾਂ ਹਰ ਇੱਕ ਪਾਸੇ ਚੱਲਦੀਆਂ ਅੱਜ ਗੁਜਰਾਲ ਦੇ ਵਿੱਚ ਡਿਊਟੀ ਲੱਗੀ ਸੀ ਅਤੇ ਸਮੇਂ ਦੇ ਨਾਲ ਫਰੀ ਹੋਏ ਅਤੇ ਇੱਥੇ ਮੈਚ ਦੇਖਣ ਆਏ ਅਤੇ ਭਰਾਵਾਂ ਦੇ ਨਾਲ ਪਿਆਰ ਮੇਰੇ ਵੀਰਿਓ ਦੋ ਬੋਲਣ ਨੂੰ ਮੌਕਾ ਮਿਲਿਆ ਅਤੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਅਤੇ ਬਹੁਤ ਵੱਡੀ ਜਿਹੜੀ ਰੌਣਕ ਲਾਈ ਮੇਰੇ ਵੀਰਿਓ ਸਾਡੇ ਭਰਾਵਾਂ ਨੇ ਅਤੇ ਗੱਲਾਂ ਚੱਲਦੀਆਂ ਨੇ ਉਧਰਲੇ ਪਾਸੇ ਕਹਿੰਦੇ ਕਬੱਡੀ ਪੈਂਦੀ ਹੈ ਅਤੇ ਬਾਬਾ ਕਹਿੰਦੇ ਮਤੋਈ ਵਾਲਾ ਉਸਤਾਦ ਹੈ ਸਾਡਾ ਝਨੇਰਾਂ ਵਾਲੇ ਸਾਡੇ ਉਸਤਾਦਾਂ ਦਾ ਧੰਨਵਾਦ ਹੈ ਵੀ ਉਸਤਾਦ ਅਤੇ ਉਸਤਾਦ ਹੁੰਦਾ ਮੇਰੇ ਵੀਰਿਓ ਵੀ ਭੀੜ ਭੀੜ 'ਤੇ ਮੇਲਾ ਮੇਲਾ ਹੁੰਦਾ ਅੰਬ ਅੰਬ 'ਤੇ ਕੇਲਾ ਕੇਲਾ ਹੁੰਦਾ ਕੱਦੂ ਕੱਦੂ 'ਤੇ ਕਰੇਲਾ ਕਰੇਲਾ ਆਉਂਦਾ ਕਾਮਾ ਕਾਮਾ 'ਤੇ ਬੇਲਾ ਬੇਲਾ ਆਉਂਦਾ ਬੱਸ ਬੱਸ 'ਤੇ ਠੇਲਾ ਠੇਲਾ ਆਉਂਦਾ ਉਸਤਾਦ ਉਸਤਾਦ 'ਤੇ ਚੇਲਾ ਆਹ ਚੇਲਾ ਹੀ ਹੁੰਦਾ ਜਿਹੜੇ ਜਿਹੜੇ ਆਪਦੇ ਉਸਤਾਦਾਂ ਨੂੰ ਪਿਆਰ ਕਰਦੇ ਹੈ ਇੱਕ ਵਾਰੀ ਜ਼ੋਰ ਦੇਣੇ ਤਾੜੀ ਮਾਰੋ ਉਸਤਾਦਾਂ ਦੇ ਨਾਂ 'ਤੇ ਮੇਰੇ ਵੀਰਿਓ ਉਸਤਾਦ 'ਤੇ ਮੇਰੇ ਵੀਰੇ ਉਸਤਾਦ ਹੁੰਦਾ ਉਹ ਮਾਖੇੜ ਕਬੱਡੀ ਹੈ ਦੋ ਖਿਡਾਰੀ ਹੈ ਇੱਕ ਨੇ ਕਾਲੇ ਰੰਗ ਦਾ ਕੱਛਾ ਪਾਇਆ ਇੱਕ ਨੇ ਕਹਿੰਦੇ ਲਾਲ ਰੰਗ ਦਾ ਉਹ ਗੱਲਾਂ ਕਹਿੰਦੇ ਹੋਵੇਗੀਆਂ ਇਹਨਾਂ ਦੀਆਂ ਟੱਕਰ ਕਿਹਦੇ ਨਾਲ ਹੋਣੀ ਹੈ ਇਹ ਗੱਲ ਸਮੇਂ ਦੀ ਹੋਣੀ ਹੈ ਰੂਬਲ ਸ਼ਰਮਾ ਬੈਠਾ ਕਹਿੰਦਾ ਮਾੜੀ ਜੀ ਮਾੜੀ ਜੀ ਸਨੈਪਚੈਟ ਪਾ ਦਈਏ ਗੱਲਾਂ ਹੁੰਦੀਆਂ ਕਬੱਡੀ 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 ਮੇਰੇ ਵੀਰਿਓ ਚੱਲਦੇ ਮੈਚ ਦੇ ਵਿੱਚੋਂ ਹਰਿਆਣਾ ਫਸਟ ਜੀ ਪੰਜਾਬ ਸੈਕੰਡ ਜੇ ਮੈਚ ਵਧੀਆ ਲੱਗਿਆ ਤਾੜੀ ਮਾਰੋ ਦੋਨਾਂ ਟੀਮਾਂ ਦੇ ਨਾਂ 'ਤੇ ਮੇਰੇ ਵੀਰਿਓ ਸੁਪਰ ਡੁਪਰ ਫਾਈਨਲ ਮੈਚ ਬਹੁਤ ਸੋਹਣਾ ਖੇਡਿਆ ਗਿਆ ਮੈਕ ਅਤੇ ਨੋਨੀ ਕਠਾਲਾ ਜੀ ਮੇਰੀ ਬੇਨਤੀ ਹੈ ਨੋਨੀ ਬਾਈ